ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੰਬੇਡਕਰ ਅਕੈਡਮੀ ਅੜਕਵਾਸ ਦੇ ਵੱਲੋਂ ਆਪ ਸਭ ਦਾ ਹਾਰਦਿਕ ਸਵਾਗਤ ਕੀਤਾ ਜਾਂਦਾ ਹੈ ਮਾਸਟਰ ਕਾਰਡ ਪੰਜਾਬੀ ਅਤੇ ਸਮਾਜਿਕ ਸਿੱਖਿਆ ਦੀ ਤਿਆਰੀ ਪੰਜਾਬੀ ਮੀਡੀਅਮ ਵਿੱਚ ਕਰਨ ਦੇ ਲਈ ਸਾਡੇ YouTube ਚੈਨਲ ਦੇ ਨਾਲ ਜਰੂਰ ਜੁੜੋ ਜਿੰਨਾ ਵੀ ਵਿਦਿਆਰਥੀਆਂ ਨੇ ਹੁਣ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਉਹ ਵਿਦਿਆਰਥੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਜੀ ਤਾਂ ਕਿ ਸਾਡੀ ਰੋਜ਼ਾਨਾ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਡੇ ਨਾਲ ਆ ਬਾਬਰ ਦੇ ਹਮਲਿਆਂ ਨੂੰ ਯਾਦ ਕਰਨ ਦਾ ਬਹੁਤ ਹੀ ਆਸਾਨ ਤਰੀਕਾ ਦੱਸ ਰਿਹਾ ਅਗਰ ਤੁਸੀਂ ਇਹ ਟ੍ਰਿਕ ਯਾਦ ਕਰਦੇ ਹੋ ਤਾਂ ਬਾਬਰ ਦੇ ਹਮਲੇ ਤੁਸੀਂ ਕਦੇ ਵੀ ਨਹੀਂ ਭੁੱਲ ਸਕੋਗੇ ਸੋ ਆਪਣੀ ਟ੍ਰਿਕੀ ਹੈ ਯਾਦ ਕਰਨ ਦੀ ਪਾਣੀ ਪੀਤਾ ਖਾਣਾ ਖਾਦਾ ਚੰਦ ਦੇਖਦਾ ਹੋਇਆ ਘਰ ਗਿਆ ਤੇ ਮਰ ਗਿਆ ਇਹ ਟ੍ਰਿਕ ਬਿਲਕੁਲ ਸੌਖੀ ਹੈ ਜੀ ਯਾਦ ਰੱਖਿਓ ਇਸ ਦੇ ਨਾਲ ਤੁਹਾਡੇ ਬਾਬਰ ਦੇ ਹਮਲੇ ਬਿਲਕੁਲ ਯਾਦ ਹੋ ਜਾਣਗੇ ਸਭ ਤੋਂ ਪਹਿਲਾਂ ਕਰਦੇ ਹਾਂ ਪਾਣੀ ਪੀਤਾ ਪਾਣੀ ਪਤ ਦਾ ਪਹਿਲਾ ਜੁੱਧ 21 ਅਪ੍ਰੈਲ 1526 ਨੂੰ ਕਿਸ ਦੇ ਵਿਚਕਾਰ ਹੋਇਆ ਸੀ ਬਾਬਰ ਅਤੇ ਇਬਰਾਹਿਮ ਲੋਧੀ ਦੇ ਵਿਚਕਾਰ ਹੋਇਆ ਸੀ ਜਿਸ ਦੇ ਵਿੱਚ ਲੋਧੀ ਵੰਸ਼ ਦਾ ਖਾਤਮਾ ਹੋਰ ਮੁਗਲ ਸਾਮਰਾਜ ਦੀ ਨੀਂਹ ਰੱਖੀ ਗਈ ਸੀ ਇਸ ਦੇ ਵਿੱਚ ਬਾਬਰ ਜੇਤੂ ਰਿਹਾ ਸੀ ਜਿਸ ਦੇ ਵਿੱਚ ਤੋਪਖਾਨੇ ਦੀ ਪਹਿਲੀ ਵਾਰ ਵਰਤੋਂ ਹੋਈ ਸੀ ਨੰਬਰ 2 ਹੈ ਜ ਖਾਨਵਾਦ ਦਾ ਯੁੱਧ ਖਾਣਾ ਖਾਦਾ ਖਾਨਵਾਦ ਦਾ ਯੁੱਧ 1527 ਦੇ ਵਿੱਚ ਬਾਬਰ ਅਤੇ ਰਾਣਾ ਸੰਗਾ ਵਿਚਕਾਰ ਹੋਇਆ ਇਸ ਯੁੱਧ ਦੇ ਵਿੱਚ ਵੀ ਬਾਬਰ ਜੇ ਤੁਰਿਆ ਅੱਗੇ ਤੀਸਰਾ ਸੀ ਆਪਣਾ ਚੰਦ ਦੇਖਦਾ ਹੋਇਆ ਚੰਦ ਦਾ ਮਤਲਬ ਚੰਦੇਰੀ ਦਾ ਜੁੱਧ 1528 ਨੂੰ ਬਾਬਰ ਅਤੇ ਮੇਦਨੀ ਰਾਏ ਦੇ ਵਿਚਕਾਰ ਅੱਗੇ ਸੀਗਾ ਪਾਣੀ ਪੀਤਾ ਖਾਣਾ ਖਾਦਾ ਚੰਦ ਦੇਖਦਾ ਹੋਇਆ ਘਰ ਗਿਆ ਘਰ ਤੋਂ ਮਤਲਬ ਕਾਗਰਾ ਦਾ ਜੁੱਧ 1529 ਦੇ ਵਿੱਚ ਬਾਬਰ ਅਤੇ ਮਹਿਮੂਦ ਲੋਦੀ ਵਿਚਕਾਰ ਹੋਇਆ ਸੀ ਇਸ ਜੁੱਧ ਦੇ ਵਿੱਚ ਵੀ ਬਾਬਰ ਦੀ ਜਿੱਤ ਹੋਈ ਸੀ ਆਖਰ ਦੇ ਵਿੱਚ ਕੀ ਸੀਗਾ ਕਰ ਗਿਆ ਅਤੇ ਮਰ ਗਿਆ 1530 ਦੇ ਵਿੱਚ ਖਾਣੇ ਦੇ ਵਿੱਚ ਜ਼ਹਿਰ ਹੋਣ ਕਾਰਨ ਬਾਬਰ ਦੀ ਮੌਤ ਹੋ ਗਈ ਨੋਟ ਰੱਖਿਓ ਜੀ ਇਹਨਾਂ ਸਾਰੇ ਹੀ ਜੁੱਦਾਂ ਦੇ ਵਿੱਚ ਬਾਬਰ ਜੇਤੂ ਰਿਹਾ ਬਾਬਰ ਦੇ ਕੁੱਲ 4 ਹਮਲੇ ਸੀ ਜੋ 4 ਜੁੱਦ ਸੀ ਇਹਨਾਂ ਦੇ ਵਿੱਚ ਬਾਬਰ ਜੇਤੂ ਰਿਹਾ ਸੀ ਉਮੀਦ ਆ ਤੁਸੀਂ ਇਸ ਟ੍ਰਿਕ ਨੂੰ ਵਧੀਆ ਤਰੀਕੇ ਦੇ ਨਾਲ ਯਾਦ ਕਰੋਗੇ ਤੇ ਬਾਬਰ ਦੇ ਹਮਲਿਆਂ ਨੂੰ ਕਦੇ ਵੀ ਨਹੀਂ ਭੁੱਲੋਗੇ ਸੋ ਐਸੀ ਅੱਜ ਦੀ ਟ੍ਰਿਕ ਸਾਰੇ ਹੀ ਵਿਦਿਆਰਥੀਆਂ ਨੂੰ ਦੱਸਿਆ ਜਾਂਦਾ ਹੈ ਸਾਂਝਾ ਕੀਤਾ ਜਾਂਦਾ ਹੈ ਕਿ ਅੰਬੇਡਕਰ ਅਕੈਡਮੀ ਵੱਲੋਂ ਮਾਸਟਰ ਕਾਰਡਰ ਪੰਜਾਬੀ ਅਤੇ ਸਮਾਜਿਕ ਸਿੱਖਿਆ ਦੀਆਂ ਲਾਈਵ ਕਲਾਸਾਂ ਵੀ ਹੁਣ ਸ਼ੁਰੂ ਕਰ ਦਿੱਤੀਆਂ ਹਨ ਅਗਰ ਕੋਈ ਵੀ ਵਿਦਿਆਰਥੀ ਮਾਸਟਰ ਕਾਰਡਰ ਪੰਜਾਬੀ ਅਤੇ ਸਮਾਜਿਕ ਸਿੱਖਿਆ ਦੀ ਤਿਆਰੀ ਕਰਨਾ ਚਾਹੁੰਦਾ ਹੈ ਤਾਂ ਤੁਹਾਨੂੰ 10 ਹੱਥ ਲਿਖਤ ਕਿਤਾਬਾਂ ਅਤੇ ਤੁਹਾਨੂੰ ਡੇਲੀ ਲਾਈਵ ਕਲਾਸਾਂ ਦੇ ਨਾਲ ਪੂਰਾ ਸਿਲੇਬਸ ਪੇਪਰ ਤੱਕ ਕਵਰ ਕਰਵਾਇਆ ਜਾਏਗਾ ਸੋ ਚਾਹਵਨ ਵਿਦਿਆਰਥੀ ਸੰਪਰਕ ਕਰ ਸਕਦੇ ਹਨ 971500 8800 ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ